ਵੋਟਾਂ ਫੇਰੀ ਵੀ ਤੇ ਭੈਣ ਤੇਰਾ ਸਿਰ ਗੰਜਾ ਕਰ ਦੇਣਾ ਤੈਨੂੰ ਜੁੱਤੀਆਂ ਤੇ ਭੈਣ ਤੇ ਭੈਣ ਹੋਰ ਵੀ ਮੇਰੇ ਗਾਣੇ ਬੜੇ ਇਕੱਤੀ ਦਸੰਬਰ ਲੈ ਕੇ ਗਾਂਧੀ ਫਿਲਮ ਸੁਣਾ ਦੇਣਾ ਜੇ ਕਹੋਗੇ ਤੁਸੀਂ ਕੋਈ ਚੱਕਰ ਨੀ ਵੈਸੇ ਜੜਦੀ ਕੋਠੀ ਮੈਂ ਮੁੰਡਾ ਪੁੱਜ ਦਾ ਕੁੜੀ ਮੈਨੂੰ ਕਹਿੰਦੀ ਗੋਡ ਬਲੈਸ ਯੂ ਜਾ ਰਹੀਆਂ ਮਦਾਈਆਂ ਜਾ ਰਹੀਆਂ ਮੁੰਡਾ ਕੋਕਾ ਕੋਲੇ ਵਰਗਾ ਵੇਖ ਲੈ ਟੀਵੀ ਵਿੱਚ ਆ ਗਿਆ ਏਦਾਂ ਬਹੁਤ ਸਾਰੇ ਮੇਰੇ ਗਾਣੇ ਇੱਕ ਉਹ ਹੋਰ ਭਾਸ਼ਾ ਚ ਤੁਹਾਡਾ ਤੇਲਗੂ ਚ ਉਹ ਸੁਣਾਓ ਮੈਨੂੰ ਪੰਜ ਉਹ ਹੋਰ ਸੁਣਾਓ ਉਹ ਆਪ ਨੂੰ ਭੁੱਲ ਗਿਆ ਹੋਣਾ ਜੀ ਗਲਤ ਗਾਣਾ ਵਾ ਉਹ ਤਾਂ ਮੀਨਿੰਗ ਥੋੜਾ ਗਲਤ ਨਿਕਲਦਾ ਵਾ ਮੈਂ ਸਹੀ ਕਹਿੰਦਾ ਹਾਂ ਤੁਸੀਂ ਏਦਾਂ ਦੇ ਗਾਣੇ ਗਾਉਂਦੇ ਕਿਉਂ ਲਿਖਦੇ ਕਿਉਂ ਜਿਹਦਾ ਮੀਨਿੰਗ ਗਲਤ ਨਿਕਲਦਾ ਦੇਖੋ ਮੇਰੇ ਕੰਨ ਦੇ ਵਿੱਚ ਨਾ ਜਿੱਦਾਂ ਦਾ ਨਹੀਂ ਆ ਕੁੱਤਾ ਜਿਹਾ ਲਾਇਆ ਨਾ ਆ ਕੁੱਤਾ ਜਿਹਾ ਲਾਇਆ ਏਦਾਂ ਦਾ ਮੇਰੇ ਕੰਨ ਨੂੰ ਏਦਾਂ ਲੱਗ ਜਾਂਦਾ ਕੁੱਤਾ ਜਿਹਾ ਫਿਰ ਉਹ ਬੋਲਦੇ ਨੇ ਜਿੱਦਾਂ ਬੋਲਦੇ ਫਿਰ ਮੈਨੂੰ ਵੀ ਉਦਾਂ ਦਾ ਬੋਲਣਾ ਪੈਂਦਾ ਤੇ ਮੇਰੇ ਕੋਲ ਫਿਰ ਨਹੀਂ ਬੋਲਿਆ ਜਾਂਦਾ ਤੇ ਕੁਝ ਅੱਛਾ ਵੀ ਕਰ ਸਕਦੇ ਹੋ ਮੈਂ ਅੱਛਾ ਕੀਤਾ ਕੀ ਕੀਤਾ ਡੀਜੀਪੀ ਪੰਜਾਬ ਦਾ ਓ ਬੱਲੇ ਡੀਜੀਪੀ ਪੰਜਾਬ ਦਾ ਸ਼ਹਿਰੋਂ ਅਤੇ ਬਾਹਰ ਦਾ ਹੁੰਦੀ ਏ ਜਨਾ ਹੁੰਦਾ ਡੀਜੀਪੀ ਪੰਜਾਬ ਦਾ ਕਰਤਾ ਹੈ ਜਿਹੜਾ ਬੰਦਾ ਖੱਪ ਬੱਲੀਏ ਨਿਕਾਲਤਾ ਹੈ ਉਸ ਕੇ ਵੱਟ ਬੱਲੀਏ ਵੈਰੀਆਂ ਨੂੰ ਦਿੰਦਾ ਜੜੋ ਪੱਟ ਬੱਲੀਏ ਓ ਡੀਜੀਪੀ ਪੰਜਾਬ ਦਾ ਕੁੜੀ ਮੈਨੂੰ ਕਹਿੰਦੀ ਗੋਡ ਬਲੈਸ ਯੂ ਓ ਮੇਰੇ ਫਾਦਰ ਦੀ ਹੋ ਗਈ ਗੋਡ ਬਲੈਸ ਯੂ ਮੇਰੀ ਮਦਰ ਦੀ ਹੋ ਗਈ ਗੋਡ ਬਲੈਸ ਯੂ ਕੁੜੀ ਮੈਨੂੰ ਕਹਿੰਦੀ ਗੋਡ ਬਲੈਸ ਯੂ ਥੱਲੇ ਹੈ ਧਰਤੀ ਉੱਤੇ ਅਸਮਾਨ ਥੱਲੇ ਹੈ ਧਰਤੀ ਉੱਤੇ ਅਸਮਾਨ ਤਾਰੀ ਵੱਲ ਨੀਟੂ ਖੜਾ ਦੇਖਦਾ ਜਹਾਨ ਤਾਰੀ ਵੱਲ ਨੀਟੂ ਖੜੇ ਦੇਖਦਾ ਜਹਾਨ ਤਾਰੀ ਵੱਲ ਨੀਟੂ ਖੜੇ ਦੇਖਦਾ ਜਹਾਨ ਕੁੜੀ ਮੈਨੂੰ ਕਹਿੰਦੀ ਗੋਡ ਬਲੈਸ ਖੁਰਕੋ ਲੱਪੀ ਤਿੰਨ ਵੀਡੀਓ ਏਦਾਂ ਦੀ ਮੈਨੂੰ ਮੇਰੇ ਸਾਹਮਣੇ ਆਈ ਜਿਨ੍ਹਾਂ ਨੇ ਮੇਰੇ ਅੱਖਾਂ ਚ ਦਿਲ ਤੇ ਦਿਮਾਗ ਜਿਹੜਾ ਪੜਦੇ ਸੀ ਨਾ ਕਿ ਮੈਂ ਉਹਦੀ ਬੜੀ ਮਦਦ ਕਰਨਾ ਚਾਹੁੰਦਾ ਉਹਦੀ ਭੈਣ ਦਾ ਵਿਆਹ ਸੀਗਾ ਮੇਰੇ ਕੋਲ ਪੈਸੇ ਵੀ ਲੱਗ ਗਿਆ ਮੈਂ ਨਾ ਉੱਥੇ ਕੀ ਨਾ ਇੱਧਰ ਆਪਣਾ ਜਮਸ਼ੇਰ ਵਾਲ ਬਾਬਾ ਜੀ ਦੀ ਹੱਟੀ ਹੈ ਸੂਟਾਂ ਦੀ ਉਹਨਾਂ ਕੋਲ ਸੂਟ ਲਏ ਤਿੰਨ ਜੁੱਤੀਆਂ ਲਈਆਂ ਤੇ ਥੋੜੇ ਬਹੁਤੇ ਪੈਸੇ ਪੂਏ ਇਕੱਠੇ ਕਰਕੇ ਮੈਂ ਕੱਲ੍ਹ ਆਪਣਾ ਆਪਣੀ ਭੈਣ ਦੇ ਵਿਆਹ ਦੇ ਦਿੱਤੀ ਤੇ ਮੈਨੂੰ ਪਤਾ ਲੱਗਾ ਕਿਸੇ ਬੁੱਢੀ ਬਾਡੀ ਨੂੰ ਦੇ ਆਇਆ ਤੇ ਉਹਦਾ ਉਹਨਾਂ ਜਾ ਕੇ ਵਿਆਹ ਦਾ ਚੱਕਰ ਉਹ ਯਾਰ ਮੈਂ ਕਿਹਾ ਭਰਾਵਾ ਮੇਰੇ ਪਿਓ ਤੋਂ ਬਾਅਦ ਤੂੰ ਜਾ ਫਿਰ ਉਹਨਾਂ ਦੀ ਕੋਈ ਜਲੀਲ ਵੀਡੀਓ ਆਈਆਂ ਤੇ ਜਿਹਨਾਂ ਤੋਂ ਮੈਨੂੰ ਨਫ਼ਰਤ ਹੋ ਗਈ ਮੈਂ ਉਸ ਬੰਦੇ ਨਾਲ ਕਦੀ ਮਤਲਬ ਤੁਸੀਂ ਉਹਨਾਂ ਦੇ ਕੁਝ ਨਹੀਂ ਲੱਗਦੇ ਗੇਟ ਹੋ ਗਏ ਇਹ ਦੇ ਉਹ ਬਾਕੀ ਝੂਟਿਆਂ ਤੋਂ ਇੰਨੀ ਨਫ਼ਰਤ ਕਰਦਾ ਝੂਟੇ ਪਤਾ ਕਿ ਮੈਂ ਨਾ ਬਚਪਨ ਤੇ ਨਹੀਂ ਲਏ ਸੁਪਨਾ ਸੀਗਾ
ਕਿਸੇ ਨੂੰ ਆਪਣੇ ਆਪਣੇ ਘਰ ਚਾਹ ਬਣਾਈ ਦੀ ਸੀਗੀ ਬੇਸ਼ਰਮ ਹੋ ਜਾਂਦੇ। ਕਦੀ ਮੇਰੇ ਸਿਰ ਰੱਖ ਦਿੰਦੇ ਆ ਚਾਹੁੰਦਾ ਵੀ ਇਹਨੂੰ ਮੈਂ ਆਪਣਾ ਪੁੱਤਰ ਮੰਨਦਾ ਵਾ ਕਿ ਜੇ ਉਹ ਮੇਰੇ ਨਾਲ ਮਜ਼ਾਕ ਕਰਦੇ ਫਿਰ ਮੈਂ ਸਟੇਜ ਦੇ ਗੱਲ ਕਿਹਾ ਫਿਰ ਮੈਂ ਕਹਿੰਦੇ ਯਾਰ ਤੂੰ ਉਹਦੇ ਨਾਲ ਕਿਉਂ ਬਣਾਉਣਾ ਫਿਰ ਵੀਡੀਓ ਸਾਰੇ ਲੋਕੀ ਇੱਕ ਜਗ੍ਹਾ ਇੱਕ ਸਾਈਡ ਤੇ ਹੋ ਗਏ ਮੈਂ ਇਕੱਲਾ ਰਹਿ ਗਿਆ ਉੱਥੇ ਵਿਆਹ 'ਚ ਫਿਰ ਮੈਂ ਉਹਨੂੰ ਵਿਆਹ ਛੱਡ ਕੇ ਆ ਗਿਆ ਉੱਥੇ ਮੈਂ ਕਿਹਾ ਯਾਰ ਆਹ ਪਿਆ ਤੁਹਾਡਾ ਵਿਆਹ ਅਤੇ ਮੈਂ ਕਿਹਾ ਉਹ ਬੰਦਾ ਬਹੁਤ ਵਧੀਆ ਵਾ ਦਿਲ 'ਚ ਕੁਛ ਨਹੀਂ ਦਿੰਦਾ ਹੈਗਾ ਉਹਦੇ ਆਪਾਂ ਲੋਕਾਂ ਨੂੰ ਫਨੀ ਤੌਰ 'ਤੇ ਕਰਦੇ ਹਾਂ ਵੀ ਚੱਲ ਯਾਰ ਲੋਕਾਂ ਦਾ ਇੰਟਰਟੇਨਮੈਂਟ ਬਾਕੀ ਆ ਮੈਡਮ ਨੇ ਗਲਤ ਗੱਲ ਕੀਤੀ ਬਸ਼ਰਮ ਵਾਲੀ ਇਹ ਬਸ਼ਰਮ ਨਹੀਂ ਆ ਜੀ ਇਹ ਤਾਂ ਬਸ਼ਰਮਾਂ ਦਾ ਵੀ ਬਸ਼ਰਮ ਨਹੀਂ ਯਾਰ ਭਾਈ ਐ ਨਹੀਂ ਗੱਲ ਕਹੋ ਇਹ ਤੋਂ ਥੱਲੇ ਹੀ ਅੱਛਾ ਕੋਈ ਹੋਰ ਗੱਲ ਸੁਣਾਉਣੀ ਰੋਜ਼ ਹੀ ਨਹਾਵੋ ਨੀਟੂ ਭਾਈ ਮੈਂ ਨਹਾ ਕੇ ਦਾੜੀ ਚ ਤਿਣਕਾ ਹੈਗਾ ਹੀ ਭਾਈ ਕੋਲ ਬੈਠੇ ਆ ਬਹੁਤ ਠੰਡ ਆ ਤਾਂ ਕਰਕੇ ਇਹਦਾ ਇੰਟਰਵਿਊ ਚ ਬੈਠਣਾ ਪਿਆ ਸਾਨੂੰ ਨਹੀਂ ਤੇ ਭਾਈ ਤੋਂ ਸਮੈਲ ਇਦਾਂ ਦੀ ਇਦਾਂ ਪੁਰਾਣੀ ਕੁੱਤੀ ਨਹੀਂ ਸੂਈ ਇਦਾਂ ਦੀ ਬਹੁਤ ਆਉਂਦੀ ਹੈ ਭਾਈ ਉਹਨਾਂ ਦੀ ਤਾਂ ਸਾਡੀ ਮਜਬੂਰੀ ਆ ਜਾ ਬੈ ਜਾ ਕੇ ਅੱਛਾ ਗੋਲਾ ਜੀ ਤੁਸੀਂ ਗੱਲਾਂ ਕੱਢਣੀਆਂ ਘੱਟ ਕੀਤੀਆਂ ਕਿ ਨਹੀਂ ਬੜਾ ਸਮਝਾਇਆ ਸ਼ਰਮ ਨਹੀਂ ਇੰਟਰਵਿਊ ਹੈ ਇੱਥੇ ਮੈਂ ਇੰਨਾ ਸ਼ਰਮਸਾਰ ਹੋਇਆ ਵੀ ਸਵੇਰੇ ਉੱਠਦੇ ਸਾਰ 10 ਗੱਲਾਂ ਇਹਨੂੰ ਕੱਢੂਗਾ ਇਹਨੂੰ ਕੱਲੇ ਨੂੰ ਕੱਢੂਗਾ ਬਾਕੀ ਯਾਰ ਨਹੀਂ ਕੱਢੂਗਾ ਨਹੀਂ ਵੈਸੇ ਤੁਸੀਂ ਬਹੁਤ ਟਾਈਮ ਦੇ ਕੀ ਕਹਿੰਦੇ ਹੁੰਦੇ ਟਾਈਮ ਤੁਹਾਡਾ ਬਹੁਤ ਕੀਮਤੀ ਆ ਕੁਝ ਹੋਰ ਕਹਿਣਾ ਹੋਵੇ ਕਿਸੇ ਨੂੰ ਕੋਈ ਮੈਸੇਜ ਦੇਣਾ ਹੋਵੇ ਚੱਜ ਦਾ ਨਸ਼ਿਆਂ ਦੇ ਰਿਲੇਟਡ ਦੇਖੋ ਜੀ ਇੱਕ ਨਸ਼ਿਆਂ ਦੇ ਖਿਲਾਫ ਮੈਂ ਗਾਣਾ ਲਿਖਿਆ ਵਾ ਤੈਸ ਮੈਸ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਹੋ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆਰਡਰ ਤੇ ਵੰਸ਼ ਬਚਾਉਣਾ ਔਖਾ ਹੋ ਗਿਆ ਨਸ਼ੇ ਹਥਿਆਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੇਡੀ ਕਵਾਰੇ ਤੋਂ ਵੇਖ ਭਗਤ ਸਿੰਘ ਆ ਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਹੈ ਮਿੱਤਰਾ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੇਡੀ ਕਵਾਰੇ ਤੋਂ ਵੇਖ ਭਗਤ ਸਿੰਘ ਆ ਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੋਤੀ ਸ਼ਤੂ ਥੱਕ ਨਾ ਜਾ ਰੁਕ ਜਾ ਮੈਂ ਨਾ ਇੱਕ ਗਾਣੇ ਦਾ ਮੈਨੂੰ ਥੱਕਣ ਆਇਆ
ਜੈ ਜੈ ਕਾਲ ਭਾਈ ਹਜੇ ਨਾ ਬਣਾਓ ਉਹਦਾ